हरेक का प्रदर्शन करन दा अपना एक तरीका हुंदा ते हरेक व्यक्ति दी इहो जिहे संघर्षां दे विच शमूलियत करन दी जिम्मेवारी हुंदी है। जिहड़े लोक आए ने किसानी दे वास्ते उहनां दी गल करदे आ, नाल नाल एक छोटी जी बच्ची है, जकारे गूंज रहे ने, नारे गूंज रहे ने। क्या नाम है बेटा? नाम क्या है? सिद्धप्रीत कौर। सिद्धप्रीत जी, क्या है आज की कर रहे हो? आज मैं किसाना वास्ते लड़ रिया सी किसाना दे नाल। कितों आए हो? पंजाब तो। केड़े पिंडों? जलंधर। ਤੁਹਾਡੀ ਬੇਟੀ ਹੈ ਭਾਜੀ? ਮੇਰੀ ਬੇਟੀ ਹੈ ਜੀ। ਸਿੱਧਕਬੀਰ ਔਰ ਸਿੱਧਕਰੀ, ਹਾਂਜੀ, ਸਿੱਧਕ ਦੀ ਰੀਤ ਦੇ ਉੱਤੇ ਚੱਲਦੀ ਤੁਹਾਡੀ ਧੀ ਨੂੰ ਮੁਬਾਰਕਬਾਦ। ਥੈਂਕ ਯੂ ਜੀ, ਥੈਂਕ ਯੂ ਜੀ। ਬਾਈ ਜੀ, ਜਿਉਂ ਇਹੋ ਜਿਹੀਆਂ ਗੱਲਾਂ ਕਰਦੇ ਨਾ, ਗਲ ਭਰ ਆਉਂਦਾ ਕਿ ਮਾਪਿਆਂ ਦੇ ਵਾਸਤੇ ਧੀਆਂ ਕਿੱਡੀਆਂ ਜ਼ਰੂਰੀ ਹੁੰਦੀਆਂ, ਅਤੇ ਜਿਹੜੀਆਂ ਧੀਆਂ ਨੂੰ ਤੁਸੀਂ ਇਸ ਰਾਹ 'ਤੇ ਤੋਰਿਆ, ਇਹ ਇਹੋ ਜਿਹੀ ਜ਼ਿੰਮੇਵਾਰੀ ਸੌਂਪ ਰਹੇ ਹੋ, ਅਤੇ ਫਿਰ ਸਾਡਾ ਭਵਿੱਖ ਇਹਨਾਂ ਬੱਚਿਆਂ ਦੇ ਹੱਥ 'ਚ। ਬਿਲਕੁਲ ਜੀ, ਥੈਂਕ ਯੂ ਜੀ ਬਹੁਤ ਬਹੁਤ। ਮੈਂ ਤੁਹਾਨੂੰ ਦੱਸ ਦਿੰਦਾ, ਮੇਰਾ ਨਾ ਮੈਂ ਆਪ ਕਿਸਾਨ ਹਾਂ, ਨਾ ਮੇਰੇ ਕੋਈ ਵੱਡੇ ਕਿਸਾਨ ਸੀ, ਨਾ ਮੇਰੇ ਦਾਦਾ ਜੀ ਕਿਸਾਨ ਸੀ। ਅਸੀਂ ਇੱਕ ਬਿਜ਼ਨਸਮੈਨ ਹਾਂ, ਅਤੇ ਬੜਾ ਵੱਡਾ ਸਾਡਾ ਬਿਜ਼ਨਸ ਹੈ। ਜਲੰਧਰ ਮਾਡਲ ਟਾਊਨ ਸ਼ਹਿਰ ਦੇ ਵਿੱਚ ਮੇਰੇ ਬੜੇ ਵੱਡੇ ਸ਼ੋਅਰੂਮ ਹੈ ਜੀ, ਐਡੀਡਾਸ, ਨਾਈਕੀ, ਇਹ ਸਾਰਿਆਂ ਦਾ ਮੈਂ ਸ਼ੋਅਰੂਮ ਵੀ ਹਾਂ, ਅਤੇ ਵੈਨ ਹਿਊਜ਼ਨ ਕੰਪਨੀ ਦਾ ਡਿਸਟ੍ਰੀਬਿਊਟਰ ਵੀ ਹਾਂ। ਅੱਜ ਜਦੋਂ ਮੇਰੇ ਪੰਜਾਬ ਨੂੰ ਮੇਰੀ ਜ਼ਰੂਰਤ ਪਈ, ਅਤੇ ਅਸੀਂ ਨਹੀਂ ਦੇਖਦੇ ਕਿ ਸਾਡੇ ਕਿਸ ਵਰਗ ਨੂੰ ਸਾਡੀ ਜ਼ਰੂਰਤ ਪਈ ਹੈ, ਅਸੀਂ ਮਨੁੱਖਤਾ ਦਾ ਕਦੀ ਵੀ ਕਿਸੇ ਨੂੰ ਵੀ ਕਿਤੇ ਵੀ ਜ਼ਰੂਰਤ ਪਏਗੀ, ਅਤੇ ਅਸੀਂ ਹਰ ਵੇਲੇ ਹਰ ਤਰੀਕੇ ਨਾਲ ਜੋ ਵੀ ਸੰਭਵ ਹੋ ਸਕੇ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ। ਅੱਜ ਮੋਦੀ ਇੱਥੇ ਬਹੁਤ ਗਲਤ ਕਾਨੂੰਨ ਬਣਾ ਰਿਹਾ, ਅਤੇ ਉਹ ਸਾਰਿਆਂ ਨੂੰ ਇੱਥੇ ਬਰਬਾਦ ਕਰਨਾ ਚਾਹ ਰਿਹਾ। ਵੇਚੀ, ਮੈਂ ਤਾਂ ਇੱਥੇ ਤਾਂ ਕਹਿੰਦਾ ਵੇਚੀ ਉਹ ਹਿੰਦੂਆਂ ਨੂੰ ਵੀ ਬਰਬਾਦ ਕਰ ਰਿਹਾ। ਨਹੀਂ, ਕਿਸਾਨ ਤਾਂ ਸਾਰੇ ਬਰਬਾਦ ਹੀ ਹੋ ਰਿਹਾ ਜੀ, ਕੋਈ ਵੀ ਜਾਤ ਧਰਮ ਦਾ ਮਤਲਬ ਨਹੀਂ। ਹਾਂ, ਮਤਲਬ ਉਹ ਦਿਖਾ ਰਿਹਾ ਕਿ ਮੈਂ ਬਹੁਤ ਹਿੰਦੂਆਂ ਦਾ ਹਿਤੈਸ਼ੀ ਹਾਂ, ਲੇਕਿਨ ਇੱਦਾਂ ਦੀ ਕੋਈ ਗੱਲ ਨਹੀਂ। ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਸਾਰਿਆਂ ਨੂੰ ਕਿ ਕਿਸਾਨ ਕੋਈ ਇਕੱਲਾ ਸਿੱਖ, ਹਿੰਦੂ, ਮੁਸਲਮਾਨ, ਈਸਾਈ ਜਾਂ ਕੋਈ ਇੱਕ ਜਾਤ ਦਾ ਨਹੀਂ, ਕਿਸਾਨ ਸਾਰਿਆਂ ਦਾ ਸਾਂਝਾ ਹੈ। ਜੇ ਅੰਬਾਨੀ ਅਡਾਨੀ ਰਾਜ ਕਰਨਗੇ ਤੇ ਇਹਦੇ ਇੱਥੇ ਸੇਫਟੀ ਕਿਸੇ ਦੀ ਨਹੀਂ ਰਹੇਗੀ। ਇਸ ਕਰਕੇ ਮੈਂ ਆਪਣੇ ਸਾਰੇ ਬਿਜ਼ਨਸਮੈਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਉਹ ਵੱਧ ਤੋਂ ਵੱਧ ਇਸ ਮੋਰਚੇ 'ਚ ਆਉਣ, ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਅਸੀਂ ਇਸ ਮਾੜੇ ਕਾਨੂੰਨਾਂ ਦੇ ਖਿਲਾਫ ਹਾਂ, ਅਤੇ ਅਸੀਂ ਆਪਣੀ ਏਕਤਾ ਦਾ ਪ੍ਰਗਟ ਕਰੀਏ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ। ਥੈਂਕ ਯੂ ਜੀ, ਥੈਂਕ ਯੂ। ਮੁਬਾਰਕਬਾਦ ਸਿੱਧਕਰੀਤ ਦੇ ਮਾਪਿਆਂ ਨੂੰ। ਬਾਈ ਜੀ ਹੋਰੇ ਦੱਸਦੇ ਕਿ ਅਸੀਂ ਆਪ ਕਿਸਾਨ ਨਹੀਂ, ਪਰ ਖੜ੍ਹੇ ਕਿਸਾਨਾਂ ਦੇ ਨਾਲ ਹਾਂ।